ਤੇ ਬਾਹਰ ਤੁਰੀ ਸੀ ਤੇ ਉੱਥੇ ਕਿਤੇ ਸ਼ੋਰਟ ਸਰਕਟ ਹੋਇਆ ਤੇ ਸੇਵਾਦਾਰਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਕਾਫੀ ਹਿੱਟ ਮਾਰੀ ਆਪਣੀ, ਪਰ ਉਹ ਕੱਲ ਰਾਤ ਤੇਜ਼ ਤੂਫਾਨ ਆਉਣ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਮਸਰਾਲਾ, ਜਿੱਥੇ ਕਿ ਗੁਰਦੁਆਰਾ ਧੰਨ ਧੰਨ ਬਾਬਾ ਗਰੀਬ ਦਾਸ ਗਊਆਂ ਵਾਲੇ ਉਹਨਾਂ ਦੇ ਕਾਫੀ ਵੱਡੇ ਡੰਗਰਾਂ ਦੇ ਚਾਰੇ ਵਾਲੇ ਸ਼ੈੱਡ ਜੋ ਕਿ ਤਾਰ ਸੰਕਟ ਦੇ ਨਾਲ ਅੱਗ ਦੀ ਲਪੇਟ 'ਚ ਆ ਗਏ, ਜਿਸ ਦੇ ਵੱਲੋਂ ਕਿ ਕਾਫੀ ਵੱਡੇ ਪੱਧਰ ਤੇ ਡੰਗਰਾਂ ਦਾ ਚਾਰਾ ਜੋ ਕਿ ਅੱਗ ਦੀ ਲਪੇਟ 'ਚ ਆ ਗਿਆ। ਇਸ ਦੇ ਸੰਬੰਧ ਵਿੱਚ ਸਾਡੇ ਪੱਤਰਕਾਰ ਨੇ ਬਾਬਾ ਗਰੀਬ ਦਾਸ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਫੋਨ ਤੇ ਗੱਲਬਾਤ ਕੀਤੀ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਹੈਲੋ ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਬਾ ਜੀ, ਰਿਪੋਰਟਰ ਬੋਲਦਾ ਮੈਂ ਕਲਨੌਰ ਤੋਂ। ਜੀ ਜੀ ਹਾਂਜੀ ਵਾਹਿਗੁਰੂ ਜੀ। ਬਾਬਾ ਜੀ ਜਿਹੜੀ ਇਹ ਰਾਤੀ ਸੈੱਟ ਦੇ ਵਿੱਚ ਬਾਬਾ ਜੀ ਅੱਗ ਲੱਗੀ ਆ, ਇਹ ਮਤਲਬ ਕਿਸੇ ਨੇ ਸ਼ਰਾਰਤ ਕੀਤੀ ਜਾਂ ਕਿਵੇਂ ਸਾਰਾ ਪ੍ਰੋਸੈਸ ਹੋਇਆ ਹੈ? ਨਹੀਂ, ਇਹ ਕੋਈ ਸ਼ੋਰਟ ਸਰਕਟ ਹੋਇਆ ਵਾ ਤੇ ਉਹਦੇ ਨਾਲ ਲੱਗੀ ਤੂੜੀ, ਕਾਫੀ ਸੀ ਨਾ ਬਾਹਰ ਤੱਕ ਹੀ ਤੂੜੀ। ਹਾਂਜੀ। ਤੇ ਕੋਈ ਲਗਭਗ ਮਤਲਬ ਕਿ 600 ਫੁੱਟ ਵਾਲੀ ਤੂੜੀ ਅੰਦਰ ਸੀ ਗਊਸ਼ਾਲਾ ਦੇ ਵੱਡੇ ਸ਼ੈੱਡ ਸੀ। ਹਾਂਜੀ। ਤੇ ਬਾਹਰ ਤੁਰੀ ਸੀ ਤੇ ਉੱਥੇ ਕਿਤੇ ਸ਼ੋਰਟ ਸਰਕਟ ਹੋਇਆ ਤੇ ਸੇਵਾਦਾਰਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਕਾਫੀ ਹਿੰਮਤ ਮਾਰੀ ਆਪਣੀ, ਪਰ ਉਹ ਤੂਫਾਨ ਕਾਰਨ ਕੰਟਰੋਲ ਨਹੀਂ ਹੋਈ ਅੱਗ। ਹਾਂਜੀ ਹਾਂਜੀ ਹਾਂਜੀ, ਉਹਦਾ ਕਰਕੇ ਲੱਗੀ। ਇਹ ਬਾਬਾ ਜੀ ਜਿਹੜੀਆਂ ਗਊ ਮਾਤਾ ਮੇਰੇ ਖਿਆਲ ਕਾਫੀ ਤੁਹਾਡੇ ਕੋਲ, ਉਧਰ ਕੋਈ ਅੱਗ ਦਾ ਕੋਈ ਸਰਕਟ ਨਹੀਂ ਗਿਆ ਹੈਗਾ? ਨਹੀਂ, ਉਹਦੇ ਅੰਦਰ ਹੀ। ਹਾਂਜੀ, ਗਵਾਂ ਵਾਲੇ ਜਿਹੜੇ ਆਪਣੇ ਪਸ਼ੂ ਡੰਗਰ ਉਹਨਾਂ ਵੱਲ ਤਾਂ ਨਹੀਂ ਕੋਈ ਅਜੇ ਗਿਆ, ਮਤਲਬ ਅੱਗ ਦਾ ਗਿਆ ਕੁਛ? ਨਹੀਂ ਨਹੀਂ, ਨਾਲ ਹੀ ਸ਼ੈੱਡ ਜੁੜੇ ਸੀ, ਪਰ ਬਿਲਕੁਲ ਜਦੋਂ ਸੰਗਤ ਉਸੇ ਵੇਲੇ ਆ ਗਈ ਨਾ ਸੰਗਤ, ਤੇ ਸੰਗਤ ਨੇ ਪਹਿਲੇ ਨੰਬਰ ਤੇ ਗਾਵਾਂ ਬਾਹਰ ਕੱਢ ਲਈਆਂ, ਗਾਵਾਂ ਬਚਾ ਲਈਆਂ ਤੇ ਬਾਅਦ ਚੋ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂਫਾਨ ਉਦੋਂ ਵੱਧ ਗਿਆ, ਬਹੁਤ ਜ਼ਿਆਦਾ ਵੱਧ ਗਿਆ ਸੀ। ਹਾਂਜੀ। ਤੇ ਉਹ ਫਿਰ ਧੂੰਏ ਕਾਰਨ ਕੋਈ ਹੋ ਨਹੀਂ ਸਕਿਆ, ਪਰ ਗਾਵਾਂ ਬਿਲਕੁਲ ਸੇਫ ਨੇ, ਬਚਾ ਹੋ ਗਿਆ ਗਾਵਾਂ ਬਿਲਕੁਲ। ਪਰ ਜਿਹੜੇ ਸ਼ੈੱਡਾਂ ਦਾ ਕਾਫੀ ਸਾਈਡ ਦੂੰਗੇ ਡਿੱਗ ਪਏ ਤੇ ਟਰਾਲੀ ਜਿਹੜੀ 700 ਟਰਾਲੀ ਜਿਹੜੀ ਸਰਗੀ ਤੁਰੀ ਦੀ। ਤੇ ਇਹ ਬਾਬਾ ਜਿਹੜਾ ਪ੍ਰਸ਼ਾਸਨ ਨੂੰ ਕੋਈ ਫਾਇਰ ਬ੍ਰਿਗੇਡ ਆਇਆ ਜਾਂ ਕਿਵੇਂ ਫਿਰ ਇਹਨੂੰ ਅੱਗ ਨੂੰ ਕਾਬੂ ਪਾ ਲਿਆ ਗਿਆ? ਇਹ ਅੱਗ ਅਜੇ ਵੀ ਬਲ ਲਈ ਜੇ ਵੈਸੇ। ਹਾਂਜੀ। ਤੇ ਫਾਇਰ ਬ੍ਰਿਗੇਡ ਆਈਆਂ ਸੀ, ਥੋੜੀਆਂ ਲੇਟ ਹੀ ਆਈਆਂ ਸੀ। ਹਾਂਜੀ। ਤੇ ਬਾਕੀ ਸੰਗਤ ਦੇ ਸਹਿਯੋਗ ਨਾਲ ਜਿੰਨੀ ਕ ਉਹਨਾਂ ਨੇ ਵਿਚਾਰਿਆਂ ਨੇ ਜਿੰਨੀ ਕ ਅਲੱਗ ਅਲੱਗ ਸਾਰਿਆਂ ਨੇ ਹਿੰਮਤ ਮਾਰੀ, ਮਤਲਬ ਕਾਫੀ ਮਤਲਬ ਇਹਨਾਂ ਸੱਡਾਂ ਦੇ ਵਿੱਚ ਸਾਰਾ ਮਤਲਬ ਡੰਗਰਾਂ ਦਾ ਚਾਰਾ ਸੀ ਜਿਹੜਾ, ਸਾਰਾ ਡੰਗਰਾਂ ਦਾ ਚਾਰਾ ਜਿੰਨਾ ਸੀ ਉਹ ਟੋਟਲੀ ਬਿਲਕੁਲ ਹੋ ਗਿਆ ਨੁਕਸਾਨ ਦਿਆ, ਉਹ ਸਾਰਾ ਸਰ ਗਿਆ ਤੇ ਜਿਹੜੇ ਵੱਡੇ ਦੋ ਸ਼ੈੱਡ ਸੀ ਉਹ ਦੂਵੇਂ ਡਿੱਗ ਪਏ। ਮਤਲਬ ਕੁੱਲ ਮਿਲਾ ਕੇ ਸ਼ੈੱਡ ਕਿੰਨਿਆਂ ਤੱਕ ਜਿਹੜੀ ਨੁਕਸਾਨ ਤੱਕ ਹੋਏ? ਹਾਂਜੀ, ਕਿੰਨੇ ਜਿਹੜੇ ਸ਼ੈੱਡ ਨੇ ਜਿਹੜੀ ਅੱਗ ਦੀ ਚਪੇਟ ਦੇ ਵਿੱਚ ਆਏ ਨੇ? ਦੋ ਸ਼ੈੱਡ ਵੱਡੇ ਸ਼ੈੱਡ ਸੀ ਮੇਨ, ਵੱਡੇ ਸ਼ੈੱਡ ਹੀ ਤੇ ਕਮ ਸੇ ਕਮ ਵੱਡੇ ਸ਼ੈੱਡ ਨੇ, ਉਹਨਾਂ ਨੇ ਕਾਫੀ ਮੇਰੇ ਖਿਆਲ ਫਿਰ ਤੂੜੀ ਵੀ ਜਿਹੜੀ ਆ ਇਹ ਚਾਰਾ ਕਿੰਨੀ ਮਤਲਬ ਟਰਾਲੀ ਕਿੰਨਾ ਮਤਲਬ ਹੋ ਸਕਦਾ ਸਾਰਾ ਐਸਟੀਮੇਟ? 600 ਟਰਾਲੀ ਐਸਟੀਮੇਟ ਬੜੇ ਆਰਾਮ ਨਾਲ ਪੈ ਜਾਂਦੀ ਇਹਦੇ ਵਿੱਚ, ਵੱਧ ਹੀ ਭਰੇ ਹੀ ਉੱਤੋਂ ਤੱਕ ਭਰੇ। ਹਾਂਜੀ, ਠੀਕ 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 ਠੀਕ। ਤੇ ਹਜੇ ਵਰਤੀ ਵੀ ਨਹੀਂ, ਹਜੇ ਤੇ ਬਾਹਰ ਤੱਕ ਤੂੜੀ ਲੱਗੀ ਸੀ, ਜਿਹੜੀ ਬਾਹਰ ਲੱਗੀ ਉਹ ਵੱਖਰੀ ਸੀ ਜਿਹਨੂੰ ਪਹਿਲਾਂ ਲੱਗੀ ਆ ਗਈ। ਹਾਂਜੀ। ਤੇ ਇਹ ਕਿ ਮਤਲਬ ਜਿਹੜਾ ਤੂਫਾਨ ਆਉਣ ਤੋਂ ਮਤਲਬ ਪਹਿਲਾਂ ਕਿ ਜਾਂ ਜਦੋਂ ਮਤਲਬ ਤੂਫਾਨ ਪੂਰੀ ਮਤਲਬ ਗਮਰਾ ਗਿਆ ਉਦੋਂ ਸੇਵਕ ਉੱਥੇ ਹੀ ਜਿੰਨੇ ਉੱਥੇ ਬਾਬਾ ਜੀ ਦੇ ਸੀ ਆਪਣੇ, ਤੇ ਜਦੋਂ ਉਹ ਅੱਗ ਲੱਗੀ ਉਦੋਂ ਤੂਫਾਨ ਆਉਣ ਰਿਹਾ ਸੀ, ਉਦੋਂ ਕਿਤੇ ਪਹਿਲਾਂ ਸਰਕਟ ਹੋ ਗਿਆ ਕਿਤੇ ਮਾੜਾ ਮੋਟਾ ਧੁਖਦੀ ਰਹੀ, ਤੇ ਜੋ ਤੂਫਾਨ ਆਇਆ ਉਹ ਜ਼ਿਆਦਾ ਅੱਗ ਬਲ ਗਈ। ਹਾਂਜੀ ਹਾਂਜੀ। ਤੇ ਬਾਬਾ ਜੀ ਸਾਨੂੰ ਇਹ ਜਿਹੜੇ ਵੀਡੀਓ ਕਲਿੱਪ ਮਾੜੇ ਕੇ ਪਾ ਦਿਓ, ਆਪਾਂ ਮਾੜੇ ਜਿਹਾ ਨਾ ਫਿਰ ਇਹਨੂੰ ਚੈਨਲ ਤੇ ਪ੍ਰਸਾਰਿਤ ਕਰ ਦਿਓ, ਤੁਸੀਂ ਮੇਰੇ ਖਿਆਲ ਤੁਸੀਂ ਵਾਇਰਲ ਕੀਤੀਆਂ ਨੇ ਵੀਡੀਓ, ਇਹ ਸਾਡੇ ਸੇਵਕਾਂ ਕੀਤੀਆਂ, ਉਹ ਚੈਨਲ ਚਲਾਉਂਦੇ, ਮੈਂ ਕੋਈ ਨਹੀਂ ਮੈਂ ਮੈਨੂੰ ਇੱਥੇ ਵਟਸਐਪ 'ਤੇ ਕਰਾ ਦਿਓ ਮਾੜੀ। ਠੀਕ ਠੀਕ, ਓਕੇ ਮਿਹਰਬਾਨੀ।